किसान वीर पीएयू ਦੇ ਹਾੜੀ ਦੀਆਂ ਫਸਲਾਂ ਲਈ ਖੋਜ ਅਤੇ ਪਸਾਰ ਮਹਿਰਾਂ ਦੀ ਆਨਲਾਈਨ ਗੋਸ਼ਟੀ ਹੋਈ ਹੈ। ਇਸ ਦੇ ਵਿੱਚ ਡਾਕਟਰ ਬਲਦੇਵ ਸਿੰਘ ਢਿੱਲੋਂ ਜੀ ਵਾਈਸ ਚਾਂਸਲਰ ਪੀਏਯੂ ਅਤੇ ਖੇਤੀਬਾੜੀ ਵਿਭਾਗ ਤੋਂ ਡਾਕਟਰ ਸਤੰਤਰ ਕੁਮਾਰ ਐਰੀ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਉਹਨਾਂ ਨੇ ਲਿਆ ਅਤੇ ਵੱਖ-ਵੱਖ ਖੇਤੀ ਮਾਹਿਰਾਂ ਨੇ ਵੀ ਇਸ ਦੇ ਵਿੱਚ ਹਿੱਸਾ ਲਿਆ ਅਤੇ ਹਾੜੀ ਤੇ ਸੀਜ਼ਨ ਦੇ ਵਿੱਚ ਆਉਣ ਵਾਲੇ ਸੀਜ਼ਨ ਦੇ ਵਿੱਚ ਜਿਹੜੇ ਜਿਹੜੇ ਨਵੀਆਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਯੂਨੀਵਰਸਿਟੀ ਵੱਲੋਂ ਜਿਨ੍ਹਾਂ ਦੀ ਨਿਜਾਤ ਕੀਤੀ ਗਈ ਉਹਦੇ ਬਾਰੇ ਜਾਣਕਾਰੀ ਆਪਸ 'ਚ ਸਾਂਝੀ ਕੀਤੀ ਗਈ। ਆਲੂ ਤੋਂ ਬਾਅਦ ਸੂਰਜਮੁਖੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ 2080 ਜਿਹੜੀ ਨਵੀਂ ਕਿਸਮ ਆ ਉਹ ਜਾਰੀ ਹੋ ਰਹੀ ਹੈ। ਇਹ ਕਿਸਮ ਨਿੱਜੀ ਤੌਰ 'ਤੇ ਅਸੀਂ ਕਿਸਾਨਾਂ ਦੇ ਟ੍ਰਾਇਲ 2 ਸਾਲ ਲਗਾਤਾਰ ਫੀਲਡ 'ਚ ਲਵਾਏ ਆ ਅਤੇ ਇਹਦਾ ਝਾੜ ਬਹੁਤ ਵਧੀਆ, ਫੁੱਲ ਦਾ ਆਕਾਰ ਆ ਜਿਹੜਾ ਸੂਰਜਮੁਖੀ ਦਾ ਬਹੁਤ ਹੀ ਵਧੀਆ ਹੈ ਅਤੇ ਪੂਰੀ ਤਰ੍ਹਾਂ ਫੁੱਲ ਪੱਕਣ ਸਮੇਂ ਝੁਕ ਜਾਂਦਾ, ਪੰਛੀਆਂ ਦਾ ਹਮਲਾ ਬਹੁਤ ਘੱਟ ਹੁੰਦਾ। ਅਤੇ ਝੋਨੇ ਅਤੇ ਬਾਸਮਤੀ ਦੇ ਉਤਪਾਦਨ ਕਰਨ ਵਾਲੇ ਕਿਸਾਨ ਹੁਣ ਸਾਵਧਾਨ ਹੋ ਜਾਣ। ਅਸੀਂ ਜਿੱਥੇ ਇਹ ਨੌ ਸਿੰਥੈਟਿਕ ਜਿਹੜੇ ਰਸਾਇਣਿਕ ਖੇਤੀ ਰਸਾਇਣ ਨੇ ਇਹਨਾਂ ਦੀ ਵਰਤੋਂ ਨਹੀਂ ਕਰਨੀ, ਉੱਥੇ ਹੀ ਅਸੀਂ ਸਿੰਥੈਟਿਕ ਪੈਰੇਥਰਾਇਡ ਗਰੁੱਪ ਦੇ ਸਾਈਪਰਮੈਥ੍ਰਿਨ ਅਤੇ ਡੈਲਟਾਮੈਥ੍ਰਿਨ ਇਹਨਾਂ ਦੀ ਵੀ ਵਰਤੋਂ ਨਹੀਂ ਕਰਨੀ, ਕਿਉਂਕਿ ਕਾਲੇ ਤੇਲੇ ਦੀ ਜਿਹਨੂੰ ਅਸੀਂ ਪਲਾਂਟ ਹੋਪਰ ਕਹਿੰਦੇ ਹਾਂ ਉਹਦੀ ਗਿਣਤੀ 'ਚ ਵਾਧਾ ਹੁੰਦਾ ਹੈ। ਪੱਤਾ ਲਪੇੜ ਸੁੰਡੀ ਦੀ ਹੁਣ ਰੋਕਥਾਮ ਦੇ ਲਈ ਜਿਹੜੀ ਹੁਣ ਚੀਜ਼ ਜ਼ਰੂਰੀ ਹੈ ਕਿਸਾਨ ਵੀਰੋ, ਉਹ 3 ਕੀਟਨਾਸ਼ਕ ਨੇ ਜਿਹੜੇ ਤੁਸੀਂ ਵਰਤ ਸਕਦੇ ਹੋ। ਉਹਦੇ ਵਿੱਚ 1 ਲੀਟਰ ਕਲੋਰੋਪੈਰੀਫੋਸ ਹੈ, ਕਾਰਟਪ ਹਾਈਡਰੋਕਲੋਰਾਈਡ SP ਸਾਲਟ ਹੈ ਜਿਹੜਾ ਉਹ ਤੁਸੀਂ 170 ਗ੍ਰਾਮ, ਜਾਂ ਫੇਮ ਨਾਂ ਦੀ ਦਵਾਈ ਹੈ ਜਿਹੜੀ ਉਹ ਆਪਾਂ 20 ml ਪ੍ਰਤੀ ਏਕੜ 100 ਲੀਟਰ ਪਾਣੀ ਦੇ ਵਿੱਚ ਇਹਨਾਂ 'ਚੋਂ ਕੋਈ ਵੀ 1 ਕੀਟਨਾਸ਼ਕ ਵਰਤ ਕੇ ਪੱਤਾ ਲਪੇੜ ਸੁੰਡੀ ਦੀ ਜਿਹੜੀ ਆ ਰੋਕਥਾਮ ਉਹ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ। ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ ਜੀ।